ਦੇਸ਼ ਪੰਜਾਬ ਵਿੱਚ ਚੁੱਕਿਆ ਸੀ ਇੱਕ ਸੂਰਮੇ ਵੈਰ ਦਾ ਭਾਅ। ਠੀਕ ਹੈ ਜੀ, ਬਿਲਾਲ ਕੀ ਇਹ ਫਿਲਮ ਜੋ ਹੈ ਇਹ ਸੱਚ ਪੁੱਛੇ ਇਹ ਇੱਕ ਦਾਸਤਾਨ ਹੈ, ਇੱਕ ਪੂਰੀ ਕਹਾਣੀ ਹੈ, 8 ਔਰ 10 ਸਾਲ ਪਰ ਮੁਹੀਤ ਹੈ। ਜਿਤਨੀ ਮਿਹਨਤ, ਜਿਤਨਾ ਕਾਮ, ਲਗਨ, ਸ਼ੌਕ, ਦਿਨ ਔਰ ਰਾਤ, ਮੈਂ ਉਸਕੋ ਬਿਆਨ ਨਹੀਂ ਕਰ ਪਾ ਸਕਤਾ। ਤੋ ਮੈਂ ਸਮਝਤਾ ਹੂੰ ਯੇ ਦਿਨ ਹਮਾਰੇ ਲਈ ਇਤਨਾ ਤਸਕੀਨ ਕਾ, ਖੁਸ਼ੀ ਕਾ ਦਿਨ ਹੈ ਕਿ ਜੈਸੇ ਬਿਲਾਲ ਕੀ ਸ਼ਾਦੀ ਹੋ ਔਰ ਉਸਨੇ ਵਾਕਈ ਇਸ ਫਿਲਮ ਸੇ ਜੈਸੇ ਆਪਣਾ ਰਿਸ਼ਤਾ ਨਿਭਾਇਆ ਹੈ। ਯੇ ਬਤਾਨਾ ਇੱਕ ਔਰ ਬਾਤ ਹੈ ਔਰ ਮਹਿਸੂਸ ਕਰਨਾ ਇੱਕ ਔਰ ਬਾਤ ਹੈ। ਲੇਕਿਨ ਸ਼ੁਕਰ ਹੈ, ਖੁਸ਼ੀ ਇਸ ਬਾਤ ਕੀ ਹੈ ਕਿ ਜਿਤਨੀ ਉਸਨੇ ਮਿਹਨਤ ਕੀ ਹੈ ਉਤਨਾ ਹੀ ਉਸਕੋ ਫਲ ਮਿਲ ਰਿਹਾ ਹੈ। ਦੁਨੀਆ ਭਰ ਸੇ ਹਰ ਜਗ੍ਹਾ ਸੇ ਇਤਨੀ ਪਜ਼ੀਰਾਈ ਹੋ ਰਹੀ ਹੈ, ਸਭਸੇ ਜ਼ਿਆਦਾ ਹਮਾਰੇ ਹਮਸਾਏ ਮੁਲਕ ਸੇ, ਜਿਸਕੋ ਹਮ ਆਪਣਾ ਕੰਪਟੀਟਿਵ ਮੁਲਕ ਸਮਝਤੇ ਹੈ, ਹਿੰਦੁਸਤਾਨ ਸੇ ਜਿਤਨੇ ਅੱਛੇ ਤਾਸਰਾਤ ਰਿਵਿਊਜ਼ ਆਏ ਹੈ। ਸੋ ਇਜ਼ ਰੀਅਲੀ ਮੇਡ ਅਸ ਪ੍ਰਾਊਡ, ਨੋਟ ਓਨਲੀ ਦ ਫੈਮਿਲੀ ਬਟ ਆਈ ਥਿੰਕ ਦ ਹੋਲ ਪਾਕਿਸਤਾਨ ਐਂਡ ਇਨਸਾਈਡ ਐਂਡ ਆਊਟਸਾਈਡ ਪਾਕਿਸਤਾਨ। ਵੋਇਸ ਓਵਰ ਕੀਆ ਤੋ ਹਾਲਾਂਕਿ ਵੋ ਪੰਜਾਬੀ ਤੋ ਮੈਂ ਬੋਲਤਾ ਹੂੰ, ਜਾਨਤਾ ਹੂੰ, ਵੋ ਬਹੁਤ ਕਮ ਜਾਨਤਾ ਹੈ, ਲੇਕਿਨ ਵੋ ਮੇਰਾ ਤਲਫੁਜ਼ ਠੀਕ ਕਰ ਰਹਾ ਥਾ ਔਰ ਇਤਨੀ ਦਫਾ ਮੁਝੇ ਟੇਕ ਕਰਵਾ ਰਹਾ ਥਾ। ਵੋ ਗਰਮੀ ਮੈਂ ਕਿਉਂਕਿ ਉਸ ਵਕਤ ਕੋਈ ਏਸੀ ਵੀ ਨਹੀਂ ਲੱਗਤਾ, ਪੱਖਾ ਨਹੀਂ ਲੱਗਤਾ, ਵੋ ਸਪੀਕਰਸ ਔਨ ਕਰਕੇ, ਨਹੀਂ ਨਹੀਂ ਦੇਸ਼ ਪੰਜਾਬ ਵਿੱਚ ਚੁੱਕਿਆ ਸੀ ਸੂਰਮੇ ਵੈਰ ਦਾ ਭਾਰ, ਭਾਰ ਕਹਿਣਾ ਕਿ ਭਾਰ ਕਹਿਣਾ, ਵੋ ਬਾਰ ਬਾਰ ਮੁਝੇ। ਸੋ ਇਜ਼ ਅ ਵੈਰੀ ਵੈਰੀ ਟਫ, ਮੈਂ ਸੁਣਤਾ ਥਾ ਇਜ਼ ਅ ਵੈਰੀ ਟਫ ਡਾਇਰੈਕਟਰ, ਜਿਤਨੇ ਐਕਟਰਸ ਥੇ ਮੁਝੇ ਕਹਤੇ ਥੇ ਜੀ ਇਸਸੇ ਬਚਾਏ ਹਮੇ, ਕਹੀਂ ਇਸਕੀ ਬਾਤ ਖਤਮ ਨਹੀਂ ਹੋਤੀ, ਲੇਕਿਨ ਉਸਨੇ ਮੇਰੇ ਸਾਥ ਵੀ ਵੈਸਾ ਹੀ ਸਲੂਕ ਕੀਆ। ਬਟ ਆਈ ਐਮ ਗਲੈਡ ਹੀ ਇਜ਼ ਸੱਚ ਅ ਪਰਫੈਕਸ਼ਨਿਸਟ, ਬਹੁਤ ਖੁਸ਼ੀ ਮਿਲਦੀ।